أعوذ بالله من الشيطان الرجيم بسم الله الرحمن الرحيم السلام علیکم دوستو کیا چال نے ٹھیک ٹھاک ہو امید کرنے کہ تسی ٹھیک ہو گے انشاءاللہ یار ساڈا یوٹیوب تے چینل ہے پرنس لائٹ دے نال کافی دوستاں دے سانوں جڑے نے نا میسج ہوندے سن کہ یار تسی جڑا نا کوئی دوسری ویڈیو جڑی ہے نا سانوں دسو ਕੋ ਬੋਰਡ ਬਣਾਉਣਾ ਦੱਸੋ ਸਾਡੀ ਯੂਟਿਊਬ ਚੈਨਲ ਦੇ ਉੱਤੇ ਨਾ ਲਾਈਟਿੰਗ ਦੀਆਂ ਅੱਗੇ ਵੀਡੀਓ ਆਏ ਨੇ ਬੇਸ਼ਮਾਰ ਉਹ ਤੁਸੀਂ ਸਾਡੀਆਂ ਵੀਡੀਓ ਵੇਖੋ ਅਗਰ ਉਹਦੇ ਵਿੱਚ ਵੀ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਉਹ ਵੀ ਤੁਸੀਂ ਵੇਖ ਕੇ ਨਾ ਤਾਂ ਸਾਨੂੰ ਦੱਸੋ ਕਿ ਯਾਰ ਅੱਛਾ ਕੰਮ ਹੋਇਆ ਜਾਂ ਨਹੀਂ ਹੋਇਆ ਠੀਕ ਹੈ ਅਤੇ ਕਾਫੀ ਦੋਸਤ ਕਹਿੰਦੇ ਸਨ ਕਿ ਤੁਸੀਂ ਵੀਡੀਓ 'ਤੇ ਜਿਹੜੀਆਂ ਨਾ ਲਾਈਟਿੰਗ ਦੀ ਆਪ ਹੀ ਜਿਹੜਾ ਨਾ ਅਪਲੋਡ ਕਰ ਦਿੰਦੇ ਹੋ ਲੇਕਿਨ ਤੁਸੀਂ ਸਾਹਮਣੇ ਨਹੀਂ ਆਉਂਦੇ ਅਤੇ ਯਾਰ ਅੱਜ ਅਸੀਂ ਜਿਹੜਾ ਨਾ ਨਾਲੇ ਤੁਹਾਡੇ ਨਾਲ ਮਸ਼ਵਰਾ ਕਰਨਾ ਸੀ ਅਸੀਂ ਇੱਕ ਨਾਲੇ ਮਸ਼ਵਰਾ ਕਰਨੇ ਅਤੇ ਨਾਲੇ ਜਿਹੜਾ ਨਾ ਫੇਸ ਜਿਹੜਾ ਨਾ ਤੁਹਾਡੇ ਸਾਹਮਣੇ ਆ ਜਾਏਗਾ ਸਾਡਾ ਠੀਕ ਹੈ ਅਤੇ ਇਹ ਅਸੀਂ ਜਿਹੜਾ ਨਾ ਬੋਰਡ ਦੀ ਸ਼ੀਟ ਪਈ ਹੈ ਸਾਡੇ ਕੋਲ ਬਣੀ ਠੀਕ ਹੈ ਸਾਡਾ ਮਕਸਦ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੇ ਬੋਰਡ ਵਗੈਰਾ ਬਣਾ ਕੇ ਜਿਸ ਤਰ੍ਹਾਂ ਤਿਆਰ ਹੁੰਦਾ ਹੈ ਮੁਕੰਮਲ ਜਿਹੜਾ ਨਾ ਇਹਦੇ ਵਿੱਚ ਵਾਇਰ ਵਗੈਰਾ ਕਿਸ ਤਰ੍ਹਾਂ ਰੈੱਡ ਲੱਗਣੀ ਫੇਸ ਦੇ ਉੱਤੇ ਬਲੈਕ ਨਿਊਟਰਲ ਦੇ ਉੱਤੇ ਅਤੇ ਤੁਹਾਨੂੰ ਅਸੀਂ ਸੀਰੀਅਸ ਬੋਰਡ ਤੋਂ ਲਾ ਕੇ ਤੁਸੀਂ ਘਰ ਉਹਦੇ ਨਾਲ ਚੀਜ਼ਾਂ ਵਗੈਰਾ ਜਿਹੜੀਆਂ ਇਹਨਾਂ ਨੇ ਚੈੱਕ ਕਰ ਸਕਦੇ ਹੋ ਆਸਾਨੀ ਦੇ ਨਾਲ ਠੀਕ ਹੈ ਉਹਦੇ ਨਾਲ ਤੁਹਾਡਾ ਫਾਇਦਾ ਹੋਏਗਾ ਕਿ ਮਸਾਂ ਕਿ ਜਿਹੜੇ ਬੱਚੇ ਘਰ ਬੈਠੇ ਨੇ ਫਾਰਗ ਨੇ ਜਾਂ ਨੈੱਟ ਯੂਜ਼ ਕਰਦੇ ਨੇ ਉਹਨਾਂ ਨੂੰ ਫਾਇਦਾ ਹੋ ਜਾਏਗਾ ਕਿ ਘਰ ਅਗਰ ਕੋਈ ਚੀਜ਼ ਖਰਾਬ ਹੁੰਦੀ ਹੈ ਤਾਂ ਉਹ ਬਿਹਤਰੀਨ ਤਰੀਕੇ ਦੇ ਨਾਲ ਵੀਡੀਓ ਵੇਖ ਕੇ ਤਾਂ ਜਿਹੜਾ ਨਾ ਆਸਾਨੀ ਦੇ ਨਾਲ ਜਿਹੜਾ ਨਾ ਆਪਣੇ ਸਹੀ ਕਰ ਸਕਦੇ ਨੇ ਅਗਰ ਕੋਈ ਡਿਮਰ ਖਰਾਬ ਹੋ ਗਿਆ ਘਰ ਦੇ ਵਿੱਚ ਬਟਨ ਖਰਾਬ ਹੋ ਗਿਆ ਸਾਕਟ ਖਰਾਬ ਹੋ ਗਈ ਹੈ ਜਾਂ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ ਹੈ ਉਹ ਟਾਈਮਰ ਬਦਲਣਾ ਹੈ ਡੱਬੀ ਸੁੱਚ ਬਦਲਣਾ ਹੈ ਠੀਕ ਹੈ ਜਿਹਨੂੰ ਟੂ ਵੇ ਕਹਿੰਦੇ ਨੇ ਅਤੇ ਉਹਦੇ ਵਿੱਚ ਜਿਹੜਾ ਨਾ ਤੁਹਾਨੂੰ ਜਿਹੜਾ ਨਾ ਕਾਫੀ ਵੀਡੀਓ ਦੇ ਵਿੱਚ ਜਿਹੜੀਆਂ ਨੇ ਅਸੀਂ ਅਪਲੋਡ ਕਰਾਂਗੇ ਉਹਦੇ ਵਿੱਚ ਤੁਹਾਨੂੰ ਜਿਹੜਾ ਨਾ ਕਾਫੀ ਸਿੱਖਣ ਨੂੰ ਮਿਲੇਗਾ ਉਹਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਨਾ ਇਹ ਸਾਡੇ ਕੋਲ ਬ੍ਰੇਕਰ ਨੇ ਠੀਕ ਹੈ ਇਹ ਬ੍ਰੇਕਰ ਲਾਉਣਾ ਦੱਸਾਂਗੇ ਡਬਲ ਪੋਲ ਬ੍ਰੇਕਰ ਇਹ ਦੱਸਾਂਗੇ ਤੁਹਾਨੂੰ ਮਜ਼ੀਦ ਜਿਹੜਾ ਨਾ ਸਾਡੇ ਕੋਲ ਚੇਂਜ ਓਵਰ ਨੇ ਠੀਕ ਹੈ ਇਹ ਚੇਂਜ ਓਵਰ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਲੱਗਦਾ ਔਰ ਇਹ ਰੋਟਰੀ ਚੇਂਜ ਓਵਰ ਹੈ ਇਹ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਲੱਗਦਾ ਇਹਦੇ ਜਿਹੜੇ ਨੇ ਪੁਆਇੰਟ ਠੀਕ ਹੈ ਜਨਰੇਟਰ ਵਾਲੇ ਮੇਨ ਵਾਲੇ ਲੋਡ ਵਾਲੇ ਇਹ ਤੁਹਾਨੂੰ ਅਸੀਂ ਅੱਛੇ ਤਰੀਕੇ ਨਾਲ ਵੀਡੀਓ ਹਰ ਇੱਕ ਜਿਹੜੀ ਵੀਡੀਓ ਹੈ ਕਰੇਗੀ ਉਹਦੇ ਵਿੱਚ ਅਸੀਂ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਸਮਝਾ ਕੇ ਅਤੇ ਤੁਹਾਨੂੰ ਗਾਈਡ ਕਰਾਂਗੇ ਤਾਂ ਕਿ ਤੁਸੀਂ ਜਿਹੜਾ ਨਾ ਉਹ ਅੱਛੇ ਤਰੀਕੇ ਨਾਲ ਘਰ ਬਹਿ ਕੇ ਆਸਾਨੀ ਦੇ ਨਾਲ ਜਿਹੜਾ ਨਾ ਤੁਸੀਂ ਕੰਮ ਕਰ ਸਕਦੇ ਹੋ ਦੂਸਰੀ ਕਿ ਜਿਹੜੇ ਬੱਚੇ ਮਸਾਂ ਕਿ ਸਾਡੇ ਕੋਲ ਕੰਮ ਸਿੱਖਣਾ ਵੀ ਚਾਹੁੰਦੇ ਨੇ ਉਹਦੇ ਵਾਸਤੇ ਵੀ ਮੁਸ਼ਕਲ ਨਹੀਂ ਅਸੀਂ ਉਹਨਾਂ ਨੂੰ ਜਦੋਂ ਵੀਡੀਓ ਬਣਾਵਾਂ ਕਰਾਂਗੇ ਉਹਨਾਂ ਨੂੰ ਕੋਲ ਵਿਖਾ ਦਿਆਂ ਕਰਾਂਗੇ ਦੇਖਣ ਕੋਲ ਪ੍ਰੈਕਟੀਕਲ ਕਰਨ ਔਰ ਉਹਨੂੰ ਚੀਜ਼ ਨੂੰ ਬਣਾਉਣ ਠੀਕ ਹੈ ਅਤੇ ਫਿਰ ਉਹਨਾਂ ਦਾ ਫਾਇਦਾ ਹੋਏਗਾ ਘਰ ਦੇ ਵਿੱਚ ਵੀ ਜਿਹੜਾ ਨਾ ਆਮ ਰੋਜ਼ਮਰਾ ਦੇ ਚੀਜ਼ਾਂ ਦੇ ਵਿੱਚ ਇਸਤੇਮਾਲ ਹੁੰਦਾ ਕਿ ਡਿਮਰ ਖਰਾਬ ਹੋ ਗਿਆ ਉਹ ਕਿਸ ਤਰ੍ਹਾਂ ਲਾਉਣਾ ਉਹ ਡਿਮਰ ਚੇਂਜ ਕਰਨ ਦਾ ਤਰੀਕਾ ਠੀਕ ਹੈ ਬਟਨ ਲਾਉਣਾ ਸਾਕਟ ਲਾਉਣੀ ਹੈ ਬੋਰਡ ਬਣਾਉਣੇ ਨੇ ਉਹ ਅਸੀਂ ਇੱਥੇ ਤੁਹਾਨੂੰ ਜਿਹੜਾ ਨਾ ਵੀਡੀਓ ਦੇ ਵਿੱਚ ਜਿਹੜਾ ਨਾ ਦੱਸਾਂ ਕਰਾਂਗੇ ਕਿ ਕਿਸ ਤਰ੍ਹਾਂ ਵੀਡੀਓ ਬਣੀ ਅਤੇ ਇਹਦੇ ਵਿੱਚ ਕਿਸ ਤਰ੍ਹਾਂ ਤਾਰਾਂ ਲੱਗੀਆਂ ਨੇ ਠੀਕ ਹੈ ਉਸ ਤਰ੍ਹਾਂ ਤੁਸੀਂ ਜਿਹੜਾ ਨਾ ਘਰ ਦੇ ਵਿੱਚ ਜਿਹੜਾ ਨਾ ਕਾਫੀ ਅੱਛੇ ਤਰੀਕੇ ਦੇ ਨਾਲ ਕੰਮ ਕਰ ਸਕਦੇ ਹੋ ਔਰ ਜਿਹੜੇ ਘਰੇਲੂ ਵਾਇਰਿੰਗ ਹੈ ਉਹਦਾ ਵੀ ਅਸੀਂ ਕੰਮ ਕਰਨੇ ਉਹਦੇ ਵਿੱਚ ਇਹ ਡੀ ਪੀ ਪੈਨਲ ਬਕਸ ਠੀਕ ਹੈ ਇਹ ਕਿਸ ਤਰ੍ਹਾਂ ਲੱਗਦੇ ਨੇ ਇਹ ਵੀ ਅਸੀਂ ਤੁਹਾਨੂੰ ਜਿਹੜਾ ਨਾ ਵੀਡੀਓ ਦੇ ਵਿੱਚ ਮੁਕੰਮਲ ਡੀ ਪੀ ਪਰੋ ਕੇ ਇਹਨੂੰ ਬਣਾ ਕੇ ਦੱਸਾਂਗੇ ਠੀਕ ਹੈ ਲੋਡ ਵੀ ਜਿਹੜਾ ਨਾ ਉਹ ਡਿਵਾਈਡ ਕਰਨ ਦਾ ਤਰੀਕਾ ਦੱਸਾਂ ਕਰਾਂਗੇ ਤੁਸੀਂ ਘਰ ਬਹਿ ਕੇ ਵੀ ਜਿਹੜੇ ਬੱਚੇ ਫਾਰਗ ਨੇ ਠੀਕ ਹੈ ਉਹ ਯਾਰ ਤੁਸੀਂ ਜਿਹੜਾ ਨਾ ਟਾਈਮ ਜ਼ਾਇਆ ਕਰਨ ਦੇ ਬਜਾਏ ਨਾ ਤੁਸੀਂ ਇਹੋ ਜਿਹੀਆਂ ਵੀਡੀਓ ਵੇਖਿਆ ਕਰੋ ਤਾਂ ਕਿ ਤੁਹਾਨੂੰ ਜਿਹੜਾ ਨਾ ਅੱਛੇ ਤਰੀਕੇ ਨਾਲ ਜਿਹੜਾ ਬੰਦਾ ਗਾਈਡ ਕਰਦਾ ਉਹਦੀ ਵੀਡੀਓ ਵੇਖ ਕੇ ਅਗਰ ਤੁਹਾਨੂੰ ਨਹੀਂ ਸਮਝ ਆਉਂਦੀ ਅਸੀਂ ਤੁਹਾਨੂੰ ਵਟਸਐਪ ਨੰਬਰ ਦੇਵਾਂਗੇ ਆਪਣਾ ਉਹਦੇ 'ਤੇ ਤੁਸੀਂ ਸਾਨੂੰ ਵਟਸਐਪ ਦੇ ਉੱਤੇ ਵੀ ਪੁੱਛ ਸਕਦੇ ਹੋ ਠੀਕ ਹੈ ਉਹ ਵੀ ਅਸੀਂ ਤੁਹਾਨੂੰ ਦੱਸਾਂ ਕਰਾਂਗੇ ਸਾਡਾ ਕੰਮ ਹੈ ਸ਼ਾਦੀ ਦੇ ਉੱਤੇ ਲਾਈਟਿੰਗ ਕਰਨੀ ਠੀਕ ਹੈ ਟੂਰਨਾਮੈਂਟ ਦੇ ਵਿੱਚ ਲਾਈਟਿੰਗ ਕਰਨੀ ਜਿਹੜੇ ਫਲੱਡ ਲਾਈਟ ਟੂਰਨਾਮੈਂਟ ਹੁੰਦੇ ਨੇ ਵਾਲੀਬਾਲ ਹੋ ਗਿਆ ਸ਼ੂਟ ਬਾਲ ਜਿਹਨੂੰ ਕਹਿੰਦੇ ਠੀਕ ਹੈ ਕ੍ਰਿਕਟ ਟੂਰਨਾਮੈਂਟ ਦਾ ਮੈਚ ਹੋ ਗਏ ਉਹਨਾਂ ਦੇ ਵਿੱਚ ਲਾਈਟਿੰਗ ਲੱਗਦੀ ਸਾਡੀ ਫਿਰ ਜਿਹੜੇ ਨੇ ਕਬੱਡੀ ਮੈਚ ਵਗੈਰਾ
ठीक है, इन्हों के लाइटिंग जी साढ़े को एल ई डी लाइटिंग भी मौजूद है, जिन्हें दोस्तों वो चाहिए हुई वह भी साढ़े नाल राबता करो, वह भी असी जो तो प्रोवाइड करा और मुकम्मल जो सैटअप साढ़े को मौजूद है वो अभी तो ला के देंगे। तो और जोड़े दोस्त यह वीडियो साढ़ा बना का मकसद है वे कि असी मशवरा करना थोड़े ना, मशवरा कर लगे कि तू जो जी चीज़ा अगर पसंद ने तो असी थानू तो जी वीडियो बना के दया करा, तो साढ़े वीडियो वेख के घर के अच्छे तरीके काम कर सकोगे। ठीक है, दूसरे नंबर तक गल है वे कि जड़ा साढ़ा चैनल यूट्यूब है वनू प्रिंट स्लाइड नी सबसक्राइब करना, लाइक करना, शेयर करना, जड़ा दोस्त सानू जड़े ना ज़्यादा तो ज़्यादा लाइक देंगे शेयर करेंगे असी अल्लाह पाक अगे दुआ करांगे कि अल्लाह पाक उन्होंने करम फरमाए, अल्लाह ताला उन्होंने आसानियाँ फायदा फरमाए, अल्लाह ताला उन्होंने मुश्किल आसान करे। ठीक है, तो जड़े दोस्त चाहते हैं कि यह जी वीडियो सानू देखने मिलन तो यार कमेंट करना जड़ा ना सानू लाजमी है, तो नाल जड़ा ना चैनल नू सबसक्राइब करना, ठीक है, लाइक करना है, शेयर करना, शेयर करने का मसलन के एक मिनट लगना, एक मिनट के शेयर करोगे, लाइक करोगे, सबसक्राइब वगैरह कर दोगे, ठीक है, उहदे नाल साडा भी फायदा होगा और जिहड़े दोस्त बच्चे होर मजीद काम सीखना चाहते ने उन्हों का भी फायदा होगा, तो ताकि ज़्यादा से ज़्यादा लोगों को वीडियो जाएगी तो वेख के तो फिर जरा ना काम सीख सकते हैं और उन्हों का अजर तुहानू ही मिलेगा इंशाल्लाह। तो दूसरे नंबर के एंड उत्ते असीं तुहानू गल ऐ करांगे कि यार दूसरों का भी ख्याल करना है, साडे चैनल नू सबसक्राइब करना है, लाइक करना है, तो शेयर करना है, तो एंदा आने वाली वीडियो असीं तुहानू दसांगे कि यार की मसां कि इहदे विच जिहड़ा ना मसां कि असीं बोर्ड बनाया सीरीज बोर्ड बनाया या टू वे बटन जिहड़े सीढ़ियां ते लगदे ने उहनां दा या जिहड़ी भी वीडियो आ करेगी उहदे विच तुसीं खोल के सानू कमेंट कर सकदे। हाँ, दूसरी गल है वे कि उहदे विच बदतमीजी नहीं करनी यार, प्लीज़ बड़ी मेहरबानी, अल्लाह हाफिज़।